ਇਹ ਤਾਂ ਫਿਰ ਇੱਕ ਭੈਣ ਕੋਲ ਦੂਜੀ ਭੈਣ ਦੀ ਚੂਲੀ ਹੋ ਜੂਗੀ ਨਾ, ਉਹ ਮੈਂ ਕਰਨੀ ਨਹੀਂ। ਪਹਿਲਾਂ ਆਪਣੇ ਬਾਰੇ ਸੋਚੋ, ਫਿਰ ਦੂਜਿਆਂ ਬਾਰੇ। ਖਰਚੇ ਤਾਂ ਸਾਰੀ ਉਮਰ ਚੱਲਣਗੇ, ਸਾਰੀ ਉਮਰ ਨਹੀਂ ਆਪਣਾ ਹੱਥ ਖੁੱਲੂਗਾ। ਪਹਿਲਾਂ ਤਾਂ ਮੈਂ ਆਫਿਸ 'ਚ ਭੱਜ ਭੱਜ ਕੇ ਕੰਮ ਕਰਾਂ, ਫਿਰ ਮੈਂ ਘਰੇ ਆ ਕੇ ਰੋਟੀ ਪਾਣੀ ਵੀ ਕਰਾਂ। ਪਰ ਇੱਥੇ ਤੇਰੇ ਹੱਕ 'ਚ ਖੜਾ ਹੋਣ ਵਾਲਾ ਕੋਈ ਨਹੀਂ ਹੈਗਾ। ਆਪਾਂ ਚੱਲਦੇ ਹਾਂ, ਪੈਕਿੰਗ ਕਰ। ਉਹ ਇੱਥੇ ਤਾਂ ਰੱਖੇ ਸੀ, ਕਿੱਥੇ ਗਏ? ਹਾਂ ਇਹੀ ਲੱਗਦੇ ਆ, ਸਹੀ ਆ। ਉਹ ਕੀ ਹੋ ਗਿਆ ਤੈਨੂੰ, ਐਵੇਂ ਡਰਾਈ ਕਿਉਂ ਜਾਂਦੀ ਹੈ ਮੈਨੂੰ? ਡਰਾਉਣ ਨੂੰ ਨਾ, ਮੈਂ ਭੂਤ ਨਹੀਂ ਹੈਗੀ। ਕੀ ਸੁਣਦੀ ਪਈ ਹੈ ਮੈਂ? ਤੁਸੀਂ ਦੇਵ ਤੇ ਮਹਿੰਦੋ ਨੂੰ ਘੁੰਮਣ ਜਾਣ ਲਈ ਹਾਮੀ ਭਰਤੀ? ਉਹ ਹਾਂ ਹਾਮੀ ਭਰੀ ਆ, ਤੂੰ ਕਾਹਤੇ ਖਿਜੀ ਫਿਰਦੀ ਆ? ਇਕੱਠੇ ਜਾਣਾ ਤਾਂ ਪੋਸੀਬਲ ਹੈ ਹੀ ਨਹੀਂ, ਉਹ ਕੰਮ ਦਾ ਜ਼ੋਰ ਆ, ਸੀਜ਼ਨ ਚੱਲਦਾ ਪਿਆ। ਹੁਣ ਜੇ ਇੱਕ ਜਾਣਾ ਘੁੰਮਣ ਜਾਊਗਾ, ਦੂਜੇ ਨੂੰ ਤਾਂ ਕੰਮ ਪਿੱਛੋਂ ਸਾਂਭਣਾ ਹੀ ਪੈਣਾ। ਮੰਨ ਲੈਨੀ ਆ, ਕੰਮ ਦਾ ਜ਼ੋਰ ਚੱਲਦਾ, ਇੱਕ ਜਾਣੇ ਨੂੰ ਕੰਮ ਸਾਂਭਣਾ ਪੈਣਾ। ਦੇਖ ਸਾਂਭ ਲਵੇ। ਮੇਰਾ ਮਤਲਬ ਛੋਟੇ ਵੀਰ ਜੀ ਕੰਮ ਸਾਂਭ ਲੈਣਗੇ, ਆਪਾਂ ਵੱਡੇ ਆ, ਪਹਿਲਾਂ ਆਪਣਾ ਜਾਣਾ ਬਣਦਾ। ਜੇ ਆਪਾਂ ਵੱਡੇ ਆ ਨਾ, ਤਾਂ ਵੱਡਿਆਂ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੁੰਦੀ ਆ। ਇੱਕ ਦੋ ਦਿਨ ਤੱਕ ਨਾ ਦਿੱਲੀ ਵਾਲੀ ਪਾਰਟੀ ਨੇ ਆਉਣਾ, ਤੇ ਉਹਦੀ ਸਾਰੀ ਡਿਟੇਲ ਮੈਨੂੰ ਪਤਾ, ਦੇਵ ਨੂੰ ਉਹਦੇ ਬਾਰੇ ਘੱਟ ਪਤਾ। ਇਸੇ ਕਰਕੇ ਦੇਵ ਨੂੰ ਮੈਂ ਕਿਹਾ ਸੀ ਪਹਿਲਾਂ ਤੂੰ ਜਾਇਆ, ਮੈਂ ਬਾਅਦ 'ਚੋਂ ਚਲੇ ਜਾਊਂਗਾ। ਫਿਰ ਨਾ ਜੀ ਤੁਸੀਂ ਦੇਵ ਨੂੰ ਦੱਸ ਦਿਓ ਉਹ ਪਾਰਟੀ ਬਾਰੇ, ਸਾਰੀ ਡਿਟੇਲ ਦੇ ਦਿਓ, ਫਿਰ ਉਹ ਆਪੇ ਸਾਂਭ ਲੂਗਾ। ਮੇਰਾ ਨਾ ਬਹੁਤ ਮਨ ਸੀ ਘੁੰਮਣ ਜਾਣ ਦਾ। ਉਹ ਜੀ ਤਾਂ ਮੇਰਾ ਵੀ ਬਹੁਤ ਕਰਦਾ ਕਿ ਆਪਾਂ ਘੁੰਮਣ ਫਿਰਨ ਚੱਲੀਏ, ਪਰ ਜਿਹੜੀ ਪਾਰਟੀ ਨੇ ਆਉਣਾ ਨਾ, ਉਹਦੇ ਨਾਲ ਸ਼ੁਰੂ ਤੋਂ ਹੁਣ ਤੱਕ ਮੈਂ ਹੀ ਗੱਲ ਕੀਤੀ ਆ, ਹੁਣ ਇੱਕਦਮ ਦੇਵ ਦੇ ਉੱਤੇ ਕਿਵੇਂ ਸਿੱਟਦਾ? ਚੱਲਾਂਗੇ ਆਪਾਂ ਵੀ, ਦੇਵ ਦਾ ਮਨ ਆ, ਉਹਨੂੰ ਪਹਿਲਾਂ ਜਾਏ ਹੁਣ ਦੇ। ਤੁਹਾਨੂੰ ਨਹੀਂ ਪਤਾ, ਇਹ ਮਨ ਦੇਵ ਦਾ ਨਹੀਂ ਹੈਗਾ, ਮਿੰਦੋ ਦਾ। ਉਹ ਭੈਣ ਆ ਮੇਰੀ, ਅਸੀਂ ਇੱਕੋ ਹੀ ਘਰ 'ਚ ਜੰਮੀਆਂ ਪੜੀਆਂ ਵੱਡੀਆਂ ਹੋਈਆਂ, ਸ਼ੁਰੂ ਤੋਂ ਲੈ ਕੇ ਉਹਦੀਆਂ ਆਦਤਾਂ ਬਾਰੇ ਨਾ ਮੈਨੂੰ ਚੰਗੀ ਤਰ੍ਹਾਂ ਪਤਾ। ਜਦੋਂ ਉਹਨੂੰ ਕੋਈ ਚੀਜ਼ ਚਾਹੀਦੀ ਹੁੰਦੀ ਸੀ ਨਾ, ਉਹ ਹਮੇਸ਼ਾ ਆਪ ਨਹੀਂ ਮੰਗਦੀ ਸੀ, ਮੰਮੀ ਤੇ ਭਾਬੀ ਨੂੰ ਮੂਹਰੇ ਕਰਦੀ ਸੀ, ਤੇ ਉਹੀ ਸਾਰਾ ਕੁਛ ਉਹ ਇੱਥੇ ਕਰ ਰਹੀ ਆ। ਐਵੇਂ ਨਾ ਦੇਖੋ ਮੇਰੇ ਵੱਲ, ਮੈਂ ਸਹੀ ਕਹਿ ਰਹੀ ਹਾਂ, ਇਸ ਘਰ ਵਿੱਚ ਵੀ ਉਹਨੇ ਦੇਵ ਦਾ ਸਹਾਰਾ ਲਿਆ, ਕਿਉਂਕਿ ਘੁੰਮਣ ਜਾਣ ਦਾ ਮਨ ਉਹਨਾਂ ਦੇਵ ਦਾ ਨਹੀਂ ਜਿੰਨਾ ਮਿੰਦੋ ਦਾ। ਜੇ ਮਿੰਦੋ ਦਾ ਮਨ ਆ ਤਾਂ ਜਾਣ ਦੇ, ਛੋਟਾ ਵੱਡਾ ਛੱਡ ਕੇ ਤੂੰ ਇਹ ਸੋਚ, ਉਹ ਤੇਰੀ ਭੈਣ ਆ। ਮੈਂ ਸੋਚਾਂ ਕਿਉਂ? ਉਹ ਨਹੀਂ ਸੋਚ ਸਕਦੀ ਵੀ ਮੈਂ ਉਹਦੀ ਵੱਡੀ ਭੈਣ ਆ, ਉਹਨੇ ਸੋਚਿਆ ਕਦੇ? ਤੂੰ ਮੰਨਦੀ ਆ ਨਾ ਤੂੰ ਵੱਡੀ ਆ, ਤੇ ਆਪਦਾ ਬੜਾਪਣ ਵੀ ਦਿਖਾ ਦੇ, ਕਿਉਂ ਖਿਜੀ ਫਿਰਦੀ ਆ? ਜਾਣ ਦੇ ਉਹਨਾਂ ਨੂੰ ਖੁਸ਼ੀ ਖੁਸ਼ੀ, ਤੇ ਮੈਂ ਵੀ ਜਾਵਾਂ ਆਪਦੇ ਕੰਮ। ਐਵੇਂ ਕਿਵੇਂ ਜਾਣ ਦੇ? ਬੜੇ ਆਰਾਮ ਨਾਲ ਕਹਿਤਾ, ਅਖੇ ਜਾਣ ਦੇ। ਕੋਈ ਗੱਲ ਨਹੀਂ, ਤੁਸੀਂ ਜਾਣ ਦੀ ਇਜਾਜ਼ਤ ਦੇਤੀ, ਮੈਂ ਨਹੀਂ ਦਿੱਤੀ। ਮੈਂ ਵੀ ਦੇਖਦੀ ਹਾਂ ਕਿਵੇਂ ਜਾਂਦੀ ਹੈ ਇਹ ਘੁੰਮਣ। ਬੜੀ ਸਪੀਡ ਫੜੀ ਆ ਪੈਕਿੰਗ ਦੀ। ਮੇਰੀ ਗੱਲ ਮੰਨ, ਮੇਰੀ ਕਹੀ ਹੋਈ ਗੱਲ 'ਤੇ ਅਮਲ ਕਰ ਲਾ। ਦੇਵ ਨੂੰ ਜਵਾਬ ਦੇ ਦੇ ਕਿ ਤੂੰ ਘੁੰਮਣ ਨਹੀਂ ਜਾਣਾ। ਕਿਉਂ ਭੈਣੇ, ਮੈਂ ਕਿਉਂ ਜਵਾਬ ਦੇਵਾਂ? ਮੈਂ ਕਿਉਂ ਕਹਾਂ ਵੀ ਮੈਂ ਨਹੀਂ ਜਾਣਾ? ਕਿਉਂਕਿ ਤੈਨੂੰ
ਮੈਂ ਕਹਿ ਰਹੀ ਹਾਂ। ਪਰ ਭੈਣੇ ਇਹਨਾਂ ਦੇ ਜੀਜੇ ਜੀ ਨਾਲ, ਮੇਰਾ ਮਤਲਬ ਜੇਠ ਜੀ ਨਾਲ ਗੱਲ ਹੋ ਗਈ ਆ ਅਤੇ ਉਹਨਾਂ ਨੇ ਜਾਣ ਨੂੰ ਕਿਹਾ। ਅੱਛਾ, ਚੱਲ ਦੇਵ ਦਾ ਤਾਂ ਉਹ ਵੱਡਾ ਭਰਾ ਤੇਰਾ ਜੇਠ, ਦੇਵ ਨੇ ਤਾਂ ਉਹਦੀ ਗੱਲ ਮੰਨਣੀ ਓ ਮੰਨਣੀ ਆ, ਪਰ ਤੂੰ ਤੂੰ ਵੀ ਆਪਦੀ ਭੈਣ ਦੀ ਗੱਲ ਮੰਨ ਲਿਆ ਕਰ। ਦੇਖ ਮਿੰਦੋ, ਮੈਂ ਤੈਨੂੰ ਪਿਆਰ ਨਾਲ ਕਹਿੰਦੀ ਹਾਂ, ਤੂੰ ਕਿਤੇ ਘੁੰਮਣ ਨਹੀਂ ਜਾਣਾ, ਜਵਾਬ ਦੇ ਦੇ। ਜੇ ਘੁੰਮਣ ਕੋਈ ਜਾਊਗਾ ਵੀ ਨਾ ਤਾਂ ਮੈਂ ਜਾਊਂਗੀ। ਭੈਣੇ ਮੈਂ ਇਹਨਾਂ ਨੂੰ ਕਿਵੇਂ ਜਵਾਬ ਦੇ ਸਕਦੀ ਹਾਂ? ਮੈਂ ਇਹਨਾਂ ਨੂੰ ਨਹੀਂ ਮਨਾ ਕਰ ਸਕਦੀ। ਤੂੰ ਉਹਨੂੰ ਜਵਾਬ ਨਹੀਂ ਦੇ ਸਕਦੀ? ਦੇਵ ਨਾਲ ਤਾਂ ਤੇਰਾ ਰਿਸ਼ਤਾ ਹੁਣ ਜੁੜਿਆ, ਮੇਰੇ ਨਾਲ ਤਾਂ ਜਨਮ ਤੋਂ ਆ ਅਤੇ ਮੈਨੂੰ ਜਵਾਬ ਦੇਈ ਜਾਂਦੀ ਹਾਂ। ਪਰ ਭੈਣੇ ਬਸ ਮਿੰਦੋ, ਮੈਂ ਤੇਰੀ ਹੁਣ ਕੋਈ ਗੱਲ ਨਹੀਂ ਸੁਣਨੀ। ਤੂੰ ਜਵਾਬ ਦੇਂਗੀ ਤਾਂ ਦੇਂਗੀ, ਇਹ ਹੁਣ ਤੂੰ ਸੋਚਣਾ ਤੂੰ ਜਵਾਬ ਦੇਣਾ ਕਿਵੇਂ ਆ। ਦੱਸ ਕਿਵੇਂ ਸਮਝਾਵਾਂ ਮੈਂ, ਪਤਾ ਨਹੀਂ ਕਿਉਂ ਨਹੀਂ ਸਮਝਦੀ। ਭਾਬੀ ਦਾ ਫੋਨ। ਹੈਲੋ, ਹਾਂਜੀ ਭਾਬੀ, ਕਿਵੇਂ ਹੋ ਤੁਸੀਂ? ਮੈਂ ਠੀਕ ਹਾਂ ਮਿੰਦੋ, ਤੂੰ ਦੱਸ ਤੂੰ ਕਿਵੇਂ? ਮੈਂ ਤਾਂ ਵਧੀਆ, ਪਰ ਤੁਹਾਡੀ ਆਵਾਜ਼ ਤੋਂ ਮੈਨੂੰ ਤੁਸੀਂ ਨਹੀਂ ਠੀਕ ਲੱਗਦੇ। ਮਿੰਦੋ, ਬੇਸ਼ੱਕ ਤੂੰ ਮੇਰੇ ਤੋਂ ਦੂਰ ਚਲੀ ਗਈ, ਪਰ ਅੱਜ ਵੀ ਤੈਨੂੰ ਮੇਰੀ ਆਵਾਜ਼ ਸੁਣ ਕੇ ਪਤਾ ਲੱਗ ਗਿਆ ਵੀ ਤੇਰੀ ਭਾਬੀ ਠੀਕ ਨਹੀਂ ਹੈਗੀ। ਭਾਬੀ, ਚਾਹੇ ਮੈਂ ਤੁਹਾਡੇ ਤੋਂ ਦੂਰ ਹੋ ਗਈ, ਪਰ ਦਿਲੋਂ ਅੱਜ ਵੀ ਤੁਹਾਡੇ ਬਹੁਤ ਨੇੜੇ ਹਾਂ। ਮੈਨੂੰ ਦੱਸੋ ਕੀ ਗੱਲ ਆ, ਤੁਸੀਂ ਉਦਾਸ ਕਾਹਤੇ ਹੋ? ਮਿੰਦੋ, ਹੁਣ ਮੈਂ ਤੈਨੂੰ ਕੀ ਦੱਸਾਂ, ਅਮਰ ਨੇ ਇੱਕ ਡਾਕਟਰ ਨਾਲ ਗੱਲ ਕੀਤੀ ਸੀ, ਉਹ ਕਹਿੰਦਾ ਵੀ ਇਲਾਜ ਤਾਂ ਹੈਗਾ ਪਰ ਖਰਚਾ ਬਹੁਤ ਜ਼ਿਆਦਾ ਆ। ਲੈ ਭਾਬੀ, ਉਹ ਖਰਚੇ ਦੀ ਕਿਹੜੀ ਗੱਲ ਆ, ਜੇ ਉਹ ਡਾਕਟਰ ਦਾ ਇਲਾਜ ਵਧੀਆ ਤਾਂ ਤੁਸੀਂ ਬਸ ਇਲਾਜ ਕਰਾਓ। ਮੈਂ ਵੀ ਇਹੀ ਚਾਹੁੰਦੀ ਹਾਂ, ਪਰ ਮਿੰਦੋ ਹਲੇ ਹੁਣੇ ਹੁਣੇ ਤਾਂ ਤੇਰਾ ਅਤੇ ਕਿਰਨ ਦਾ ਵਿਆਹ ਕਰਕੇ ਹਟੇ ਹਾਂ, ਖਰਚਾ ਬਹੁਤ ਜ਼ਿਆਦਾ ਹੋ ਚੁੱਕਿਆ ਅਤੇ ਡੈਡੀ ਜੀ ਵੀ ਇਹੀ ਕਹਿੰਦੇ ਨੇ ਵੀ ਹਲੇ ਤੁਸੀਂ ਰੁਕ ਜਾਓ। ਰੁਕਣ ਲਈ ਕਿਹਾ? ਪਰ ਕਿਉਂ ਭਾਬੀ, ਜੇ ਇਲਾਜ ਟਾਈਮ ਸਿਰ ਹੋ ਜਾਵੇ ਨਾ ਤਾਂ ਉਹਦੇ ਵਰਗੀ ਰੀਸ ਨਹੀਂ। ਮੈਂ ਤਾਂ ਸਮਝਦੀ ਹਾਂ ਮਿੰਦੋ, ਪਰ ਕੀ ਕਰਾਂ, ਘਰ ਬਾਰ ਵੀ ਦੇਖਣਾ, ਮੈਨੂੰ ਉਹ ਵੀ ਦੇਖਦਾ ਅਤੇ ਘਰ ਦੇ ਖਰਚੇ ਵੀ ਦੇਖਦੇ ਆ। ਕੁਛ ਨਹੀਂ ਹੁੰਦਾ ਭਾਬੀ, ਲੋਕਾਂ ਦੇ ਤਾਨੇ ਮਿਹਣੇ ਘਰ ਦੇ ਖਰਚੇ ਨਾਲੋਂ ਕਿਤੇ ਵੱਡੇ ਨੇ, ਉਹ ਘਰ ਦੇ ਖਰਚੇ ਤਾਂ ਫਿਰ ਵੀ ਹੈਂਡਲ ਹੋ ਜਾਣਗੇ, ਪਰ ਲੋਕਾਂ ਦੀਆਂ ਗੱਲਾਂ ਸੁਣਨੀਆਂ ਬਹੁਤ ਔਖੀਆਂ ਨੇ। ਭਾਬੀ, ਜੇ ਤੁਸੀਂ ਕਹੋ ਮੈਂ ਗੱਲ ਕਰਾਂ ਬਾਪੂ ਜੀ ਨਾਲ। ਨਾ 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 ਮਿੰਦੋ, ਤੂੰ ਡੈਡੀ ਜੀ ਕੋਈ ਗੱਲ ਨਾ ਕਰੀ, ਨਹੀਂ ਤਾਂ ਮੰਮੀ ਅਤੇ ਡੈਡੀ ਜੀ ਸੋਚਣਗੇ ਵੀ ਮੈਂ ਘਰ ਦੀਆਂ ਗੱਲਾਂ ਕੁੜੀਆਂ ਨੂੰ ਦੱਸ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹਾਂ। ਲੈ ਭਾਬੀ, ਉਹ ਇਹਦੇ 'ਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਆ, ਉਹ ਜੇ ਅਸੀਂ ਵਿਆਹ ਕੇ ਇੱਕ ਘਰ ਤੋਂ ਦੂਜੇ ਘਰ ਦੇ ਵਿੱਚ ਆ ਗਈ ਹਾਂ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਸਾਡਾ ਪੇਕਿਆਂ ਨਾਲ ਕੋਈ ਇਲਾਕਾ ਤੇ ਕਈ ਨਹੀਂ। ਨਹੀਂ ਨਹੀਂ ਮਿੰਦੋ, ਤੈਨੂੰ ਮੈਂ ਕਿਹਾ ਨਾ ਤੂੰ ਇਹਦੇ ਬਾਰੇ ਕੋਈ ਗੱਲ ਨਹੀਂ ਕਰਨੀ, ਛੱਡ ਦੇ ਇਸ ਗੱਲ ਨੂੰ। ਚੱਲ ਤੂੰ ਮੈਨੂੰ ਇਹ ਦੱਸ, ਤੇਰਾ ਸਹੁਰੇ ਘਰ ਜੀ ਲੱਗ ਗਿਆ ਨਾ? ਹਾਂਜੀ ਭਾਬੀ ਜੀ, ਇੱਧਰ ਸਾਰੇ ਬਹੁਤ ਚੰਗੇ ਨੇ। ਉਹ ਤਾਂ ਮੈਂ ਦੇਖ ਹੀ ਲਿਆ ਸੀ ਮੁੜ ਦੀ ਗੱਡੀ ਵਾਲੇ ਦਿਨ, ਮਾਸੀ ਜੀ ਹੁਣਾਂ ਦਾ ਸੁਭਾਅ ਬਹੁਤ ਵਧੀਆ। ਤੂੰ ਆਪਣੇ ਵਾਲੀ ਬਾਰੇ ਦੱਸ, ਉਹ ਠੀਕ ਆ? ਭਾਬੀ, ਹੁਣ ਮੈਂ ਕੀ ਦੱਸਾਂ? ਬਸ ਮਿੰਦੋ, ਕੁਝ ਕਹਿਣ ਦੀ ਲੋੜ ਨਹੀਂ, ਆ ਤੇਰੀ ਚੁੱਪ ਨੇ ਮੈਨੂੰ ਸਾਰਾ ਕੁਝ ਦੱਸਤਾ।
ਮੈਨੂੰ ਤਾਂ ਲੱਗਿਆ ਸੀ ਵਿਆਹ ਤੋਂ ਬਾਅਦ ਕਿਰਨ ਬਦਲ ਜੂਗੀ, ਪਰ ਉਹ ਕਹਿੰਦੇ ਹੁੰਦੇ ਆ ਨਾ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਆਦਤਾਂ ਕਿੱਥੇ ਜਾਂਦੀਆਂ ਨੇ। ਕੀ ਦੱਸਾਂ ਭਾਬੀ, ਉਹ ਮੈਨੂੰ ਤਾਂ ਐਂ ਸੀ ਵੀ ਦੋਵੇਂ ਭੈਣਾਂ ਵਿਆਹ ਕੇ ਇੱਕੋ ਘਰ ਦੇ ਵਿੱਚ ਆਈਆਂ ਤਾਂ ਭੈਣਾਂ ਭੈਣਾਂ ਬਣ ਕੇ ਰਵਾਂਗੀਆਂ, ਪਰ ਕਿਰਨ ਭੈਣ ਉਹ ਤਾਂ ਆਉਣ ਸਾਰ ਜਠਾਣੀ ਬਣ ਗਈ। ਮਤਲਬ ਕਿਰਨ ਤੈਨੂੰ ਸਹੁਰੇ ਘਰ ਵੀ ਇੱਦਾਂ ਹੀ ਤੰਗ ਕਰਦੀ ਹੈ ਜਿਵੇਂ ਇੱਥੇ ਪੇਕੇ ਘਰੇ ਕਰਦੀ ਸੀ? ਹਾਂਜੀ ਭਾਬੀ, ਕੀ ਦੱਸਾਂ ਤੁਹਾਨੂੰ ਮੈਂ, ਕਿਰਨ ਭੈਣ ਮੈਨੂੰ ਹਮੇਸ਼ਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਆ। ਹੁਣ ਇਸ ਟਾਈਮ ਵੀ ਦੇਵ ਕਹਿ ਰਹੇ ਨੇ ਕਿ ਆਪਾਂ ਘੁੰਮਣ ਜਾਣਾ ਕਿਤੇ ਬਾਹਰ, ਪਰ ਕਿਰਨ ਭੈਣ ਹੋਏ ਕਹਿੰਦੇ ਕਿ ਤੂੰ ਜਵਾਬ ਦੇ ਦੇ ਤਾਂ ਕਿਤੇ ਨਹੀਂ ਜਾਣਾ। ਲੈ ਉਹ ਘੁੰਮਣ ਤੁਸੀਂ ਦੋਨਾਂ ਨੇ ਜਾਣਾ, ਇਹਦੇ 'ਚ ਕਿਰਨ ਨੂੰ ਕੀ ਤਕਲੀਫ ਆ? ਕਿਰਨ ਭੈਣ ਚਾਹੁੰਦੀ ਆ ਕਿ ਪਹਿਲਾਂ ਉਹ ਘੁੰਮਣ ਜਾਣ, ਉਹ ਵੱਡੇ ਨੇ ਤੇ ਉਹਨਾਂ ਦਾ ਹੱਕ ਪਹਿਲਾਂ ਬਣਦਾ। ਮਿੰਦੋ ਇਹਦੇ ਵਿੱਚ ਹੱਕ ਵਾਲੀ ਕੀ ਗੱਲ ਆ, ਇਹ ਤਾਂ ਦੋਨਾਂ ਭਰਾਵਾਂ ਦੀ ਆਪਣੀ ਅੰਡਰਸਟੈਂਡਿੰਗ ਆ। ਉਹੀ ਤਾਂ ਗੱਲ ਆ ਭਾਬੀ, ਉਹ ਜੀਜੇ ਜੀ ਦੇ ਕਹਿਣ 'ਤੇ ਤਿਆਰੀ ਕਰਦੀ ਪਈ ਸੀ ਅਤੇ ਹੁਣੀ ਕਿਰਨ ਭੈਣ ਆ ਕੇ ਮੈਨੂੰ ਧਮਕੀ ਦੇ ਕੇ ਗਈ ਆ ਵੀ ਜਾਣ ਤੋਂ ਜਵਾਬ ਦੇ ਦੇ, ਨਹੀਂ ਤਾਂ ਫਿਰ ਤੂੰ ਦੇਖ ਲਈ ਮੈਂ ਕੀ ਕਰਦੀ ਹਾਂ। ਲੈ ਦੱਸ ਕਿਰਨ ਵੀ ਨਾ, ਮਿੰਦੋ ਤੂੰ ਮੇਰੀ ਇੱਕ ਗੱਲ ਲੜ ਮੰਨ ਲਾ, ਤੂੰ ਉੱਦਾਂ ਹੀ ਕਰਨਾ ਜਿਵੇਂ ਤੇਰਾ ਘਰ ਵਾਲਾ ਕਹਿੰਦਾ, ਉਹ ਤੇਰਾ ਹਮਸਫ਼ਰ ਆ, ਤੇਰਾ ਦੁੱਖ ਸੁੱਖ ਦਾ ਸਾਥੀ, ਤੂੰ ਉਹਦੇ ਨਾਲ ਰਹਿਣਾ ਵਾ, ਤੂੰ ਕਿਰਨ ਦੀ ਗੱਲ ਨਹੀਂ ਮੰਨਣੀ। ਮੈਂ ਵੀ ਉਹੀ ਸੋਚਦੀ ਹਾਂ, ਪਰ ਭਾਬੀ ਹੁਣ ਮੈਂ ਕਰਾਂ ਤਾਂ ਕੀ ਕਰਾਂ? ਤੈਨੂੰ ਮੈਂ ਕੀ ਕਹਿੰਦੀ ਹਾਂ, ਤੂੰ ਬਸ ਵੀਰ ਜੀ ਨੂੰ ਜਵਾਬ ਦੇ ਕੇ ਉਹਨਾਂ ਦਾ ਦਿਲ ਨਾ ਦਿਖਾਈ, ਜਿਵੇਂ ਉਹ ਕਹਿੰਦੇ ਨੇ ਤੂੰ ਉਵੇਂ ਹੀ ਕਰ, ਤੂੰ ਸਾਰੀ ਗੱਲ ਬਸ ਵੀਰ ਜੀ 'ਤੇ ਸਿੱਟ ਦੇ। ਚਲੋ ਠੀਕ ਆ ਭਾਬੀ, ਦੇਖਦੀ ਹਾਂ ਮੈਂ ਕੀ ਬਣਦਾ, ਮੈਂ ਤੁਹਾਡੇ ਨਾਲ ਨਾ ਬਾਅਦ 'ਚੋਂ ਗੱਲ ਕਰਦੀ ਹਾਂ, ਮੈਨੂੰ ਲੱਗਦਾ ਦੇਵ ਆ ਗਏ। ਚੱਲ ਠੀਕ ਆ। ਮਿੰਦੋ ਜੀ ਹੋ ਕੀ ਪੈਕਿੰਗ? ਕੀ ਗੱਲ ਪੈਕਿੰਗ ਨਹੀਂ ਕਰਦੇ ਪਏ? ਕਰੋ ਆ ਜੈਕਟ ਨਾਲ ਪਾ ਲਿਓ, ਕਹਿੰਦੇ ਉੱਥੇ ਬਰਫ਼ ਪੈ ਗਈ, ਠੰਡ ਬਹੁਤ ਹੋ ਗਈ ਆ, ਤੁਸੀਂ ਵੀ ਗਰਮ ਕੱਪੜੇ ਆਪਣੇ ਚੱਕ ਲਿਓ, ਪੈਕਿੰਗ ਕਰੋ। ਰੁਕਿਓ ਇੱਕ ਮਿੰਟ। ਹਾਂਜੀ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਹਾਂ ਦੱਸੋ ਕੀ ਗੱਲ ਕਰਨੀ ਹੈ? ਉਹ ਮੈਂ ਕਹਿੰਦੀ ਸੀ ਵੀ ਜੇ ਆਪਾਂ ਥੋੜ੍ਹੇ ਦਿਨਾਂ ਤੱਕ ਘੁੰਮਣ ਚਲੇ ਜਾਈਏ ਤਾਂ। ਥੋੜ੍ਹੇ ਦਿਨਾਂ ਤੱਕ ਕਿਉਂ, ਤੁਹਾਨੂੰ ਘੁੰਮਣਾ ਪਸੰਦ ਨਹੀਂ? ਨਹੀਂ ਮੈਂ ਕਦੋਂ ਕਿਹਾ ਵੀ ਮੈਨੂੰ ਘੁੰਮਣਾ ਪਸੰਦ ਨਹੀਂ, ਮੈਂ ਤਾਂ ਐਂ ਕਹਿੰਦੀ ਸੀ ਵੀ ਜੇ ਪਹਿਲਾਂ ਕਿਰਨ ਭੈਣ ਅਤੇ ਜੀਜਾ ਜੀ ਚਲੇ ਜਾਣ ਜਾਂ ਫਿਰ ਆਪਾਂ ਇਕੱਠੇ ਘੁੰਮਣ ਚੱਲਦੇ ਹਾਂ। ਦੇਖੋ ਮਿੰਦੋ ਜੀ, ਪਹਿਲਾਂ ਜਾਣ ਨਾਲ ਜਾਂ ਬਾਅਦ 'ਚ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਣਾ, ਕਿਉਂਕਿ ਸਾਡੇ ਕੰਮ ਦਾ ਜਿਹੜਾ ਸੀਜ਼ਨ ਹੈ ਨਾ ਉਹ ਆਲਰੇਡੀ ਸ਼ੁਰੂ ਹੋ ਚੁੱਕਿਆ, ਜਾਣਾ ਤਾਂ ਇਕੱਲੇ ਇਕੱਲਿਆਂ ਨੂੰ ਹੀ ਪੈਣਾ, ਇੱਕ ਜਣੇ ਨੂੰ ਕੰਮ ਦੇਖਣਾ ਹੀ ਪੈਣਾ, ਜੇ ਇਕੱਠੇ ਚਲੇ ਗਏ ਤਾਂ ਕੰਮ ਦਾ ਨੁਕਸਾਨ ਹੋਊਗਾ, ਅਤੇ ਨਾਲੇ ਵੈਸੇ ਵੀ ਤਾਂ ਵੱਡੇ ਵੀਰੇ ਨੇ ਕਹਿ ਦਿੱਤਾ ਨਾ ਕਿ ਤੁਸੀਂ ਪਹਿਲਾਂ ਜਾਇਓ, ਉਹਦੇ ਵਿੱਚ ਫਿਰ ਕੀ ਹੈ, ਆਪਾਂ ਪਹਿਲਾਂ ਜਾਏ ਹੁੰਦੇ ਹਾਂ। ਆਪਾਂ ਛੋਟੇ ਹਾਂ ਨਾ ਅਤੇ ਆਪਾਂ ਪਹਿਲਾਂ ਜਾਂਦੇ ਮੈਨੂੰ ਠੀਕ ਜਿਹਾ ਨਹੀਂ ਲੱਗ ਰਿਹਾ। ਮਿੰਦੋ ਜੀ ਕੀ ਗੱਲਾਂ ਕਰੀ ਜਾਂਦੇ ਹੋ, ਸਾਰਾ ਕੁਝ ਸੈੱਟ ਹੋ ਗਿਆ, ਪੈਕਿੰਗ ਕਰਦੇ ਪਏ ਆ, ਹੁਣ ਤੁਸੀਂ ਆਹ ਗੱਲ ਲੈ ਕੇ ਬਹਿ ਗਏ, ਜਾਣਾ ਤਾਂ ਜਾਣਾ ਇਕੱਠਿਆਂ ਤੋਂ ਨਹੀਂ ਜਾ ਹੋਣਾ ਹੈਗਾ। ਦੇਵ ਉਹ ਤੂੰ ਤਾਂ ਜਾਣਾ ਜਾਣਾ ਕਹੀ ਜਾਂਦਾ, ਉਹ ਤੇਰੀ ਮਾਸੀ ਦਾ ਫੋਨ ਆਇਆ, ਉਹ ਕਹਿੰਦੀ ਮੈਂ ਰੋਟੀ ਕਰਨੀ ਆ। ਰੋਟੀ ਕਰਨੀ ਆ? ਰੋਟੀ ਕਰਨੀ ਆ ਕਰ ਲਵੇ, ਫਿਰ ਅਸੀਂ ਥੋੜ੍ਹੀ ਮਨਾ ਕੀਤਾ। ਪੁੱਤ ਕੱਲ੍ਹ ਰਾਤ ਨੂੰ ਰੋਟੀ ਕਰਨੀ ਆ, ਹੁਣ ਬੋਲ ਕੀ ਬੋਲੇਗਾ। ਕੱਲ੍ਹ ਰਾਤ ਨੂੰ
ਠੀਕ ਆ ਫਿਰ ਗਗਨ ਵੀਰਾ ਤੇ ਕਿਰਨ ਤਾਂ ਵੀ ਜਾਏ ਆਉਣਗੇ। ਉਹ ਗਗਨ ਤੇ ਤੈਨੂੰ ਦੋਨਾਂ ਨੂੰ ਰੋਟੀ ਕਰਨੀ ਆ, ਅਲੱਗ ਅਲੱਗ ਕਰੂਗੀ ਚੰਗਾ ਲੱਗੂਗਾ। ਮੰਮੀ ਅਲੱਗ ਅਲੱਗ ਕਰਨ ਨੂੰ ਕੀ ਆ, ਅਸੀਂ ਬਾਅਦ 'ਚ ਜਾ ਆਵਾਂਗੇ, ਹੁਣ ਘੁੰਮਣ ਦਾ ਪਲੈਨ ਆ, ਸਾਨੂੰ ਜਾਇਆ ਉਹਨੂੰ। ਪੁੱਤ ਮੈਨੂੰ ਲੱਗਦਾ ਤੁਹਾਡਾ ਜਾਣ ਦਾ ਪ੍ਰੋਗਰਾਮ ਕੈਂਸਲ ਕਰਨਾ ਪੈਣਾ, ਜੇ ਤੁਸੀਂ ਚਲੇ ਗਏ ਫਿਰ ਤੇਰੀ ਮਾਸੀ ਦਾ ਮੂੰਹ ਬਣ ਜਾਣਾ, ਘੁੰਮਿਆ ਤਾਂ ਫਿਰ ਵੀ ਜਾਊਗਾ। ਆਹ ਕੀ ਗੱਲ ਹੋਈ ਮੰਮੀ, ਮਾਸੀ ਨਾ ਹੋ ਗਈ, ਹਊਆ ਹੀ ਹੋ ਗਿਆ, ਮੈਂ ਹੀ ਮਾਸੀ ਨਾਲ ਗੱਲ ਕਰ ਲੈਣਾ ਵਾਂ। ਮੈਂ ਮਾਸੀ ਨੂੰ ਸਿੱਧਾ ਕਹਿ ਦਿੰਦਾ ਕਿ ਮਾਸੀ ਆਪਣਾ ਜਿਹੜਾ ਪ੍ਰੋਗਰਾਮ ਆ ਨਾ ਰੋਟੀ ਦਾ ਅੱਗੇ ਪਿੱਛੇ ਕਰ ਲਓ, ਗੱਲ ਥੋੜ੍ਹੀ ਹੁੰਦੀ ਹੈ ਕੋਈ। ਪੁੱਤ ਮਾਸੀ ਨਾਲ ਆਰਾਮ ਨਾਲ ਗੱਲ ਕਰੀ, ਉਹ ਦਿਮਾਗ 'ਤੇ ਲੋੜ ਛੇਤੀ ਲੈ ਲੈਂਦੀ ਆ। ਮੈਨੂੰ ਪਤਾ ਕਿੰਨਾ ਕੁ ਲੋੜ ਲੈ ਲੈਂਦੀ ਆ, ਆਰਾਮ ਨਾਲ ਹੀ ਗੱਲ ਕਰੂੰਗਾ, ਪਾਗਲ ਨਹੀਂ ਹੈਗਾ ਮੈਂ। ਹੈਲੋ, ਸਤਿ ਸ਼੍ਰੀ ਅਕਾਲ ਮਾਸੀ ਜੀ, ਕੀ ਹਾਲ ਹੈ? ਹਾਂ ਹਾਂ ਪੁੱਤ, ਮੈਂ ਠੀਕ ਹਾਂ। ਮਾਸੀ ਜੀ, ਮੈਨੂੰ ਮੰਮੀ ਨੇ ਹੁਣੇ ਦੱਸਿਆ ਤੁਸੀਂ ਰੋਟੀ ਦਾ ਪ੍ਰੋਗਰਾਮ ਰੱਖਿਆ। ਹਾਂ ਪੁੱਤ ਰੱਖਿਆ, ਕੱਲ੍ਹ ਰਾਤ ਦਾ ਕਿਹਾ ਮੈਂ। ਮਾਸੀ ਜੀ, ਅਸੀਂ ਨਾ ਘੁੰਮਣ ਦਾ ਬਣਾਇਆ ਹੋਇਆ ਸੀਗਾ ਮੇਰਾ ਅਤੇ ਮਿੰਦੋ ਦਾ, ਜੇ ਤੁਸੀਂ ਰੋਟੀ ਦਾ ਪ੍ਰੋਗਰਾਮ ਅੱਗੇ ਪਿੱਛੇ ਕਰ ਲਵੋ। ਨਾ ਤੇਰਾ ਘੁੰਮਣਾ ਫਿਰਨਾ ਤੇਰੀ ਮਾਸੀ ਨਾਲ ਵੱਧ ਹੋ ਗਿਆ। ਮਾਸੀ ਮੇਰੀ ਗੱਲ ਸੁਣੋ, ਪਤਾ ਕੀ ਗੱਲ ਆ, ਹੋਟਲ ਦੀ ਬੁਕਿੰਗ ਵੀ ਹੋਈ ਹੋਈ ਆ, ਹੋਰ ਤੋਂ ਹੋਰ ਮੈਂ ਗੱਡੀ ਵਾਲੇ ਨੂੰ ਵੀ ਕਹਿਤਾ। ਪੁੱਤ ਜੇ ਗੱਡੀ ਕੀਤੀ ਆ ਤਾਂ ਕੈਂਸਲ ਵੀ ਤਾਂ ਹੋ ਸਕਦੀ ਆ। ਮਾਸੀ, ਇਹ ਤਾਂ ਫਿਰ ਇਮੋਸ਼ਨਲ ਬਲੈਕਮੇਲ ਹੋਇਆ ਨਾ। ਚਾਹੇ ਇਮੋਸ਼ਨਲ ਬਲੈਕਮੇਲ ਸਮਝ ਲਾ, ਚਾਹੇ ਜ਼ਬਰਦਸਤੀ ਸਮਝ ਲਾ। ਨਹੀਂ ਠੀਕ ਆ, ਤੁਹਾਡੀ ਗੱਲ ਮੈਂ ਮੰਨਦਾ। ਤੈਨੂੰ ਕਹਿਆ ਨਾ ਬੋਲਣਾ ਨਹੀਂ ਤੂੰ, ਪਰ ਚੁੱਪ ਕਰ ਜਾ। ਮਾਸੀ ਕਿਹਾ ਨਾ ਆਉਣਾ, ਜੇ ਨਾ ਆਇਆ ਨਾ ਤਾਂ ਮੈਨੂੰ ਬੁਲਾਈ ਨਾ। ਕੀ ਕਹਿੰਦੀ? ਕਹਿਣਾ ਕੀ ਆ, ਤੁਹਾਡੀ ਹੋਈ ਭੈਣ ਆ, ਐਂ ਮੰਨਦੀ ਆ ਕਿਤੇ, ਜਿੱਦੀ ਆ ਇੱਕ ਨੰਬਰ ਦੀ। ਕਹਿੰਦੀ ਜੇ ਨਾ ਆਏ ਤਾਂ ਤੁਸੀਂ ਇਹ ਯਾਦ ਰੱਖਿਓ ਕਿ ਮੈਂ ਫਿਰ ਤੁਹਾਡੀ ਦੇੜੀ ਨਹੀਂ ਚੜ੍ਹਦੀ। ਪੁੱਤ ਮੇਰੀ ਗੱਲ ਸੁਣ, ਤੂੰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਲਾ, ਜਾਇਆ ਤਾਂ ਫਿਰ ਵੀ ਜਾਊਗਾ, ਜੇ ਮੇਰੀ ਭੈਣ ਰੁੱਸ ਗਈ ਫਿਰ ਮੈਂ ਕਿਹਦੇ ਨਾਲ ਵਰਤੂੰਗੀ, ਇਕੱਲੀ ਇਕੱਲੀ ਮੇਰੀ ਭੈਣ ਆ। ਆਹ ਗੱਲਾਂ ਤੋਂ ਬਹੁਤ ਗੁੱਸਾ ਚੜ੍ਹਦਾ ਮੰਮੀ, ਬਣੇ ਬਣਾਏ ਪ੍ਰੋਗਰਾਮ 'ਤੇ ਪਾਣੀ ਫੇਰੀ ਜਾਂਦੇ ਹੋ। ਇੱਕ ਪਹਿਲਾਂ ਤੁਹਾਡੀ ਭੈਣ ਮਾਸੀ ਜੀ, ਉਹ ਇਮੋਸ਼ਨਲ ਬਲੈਕਮੇਲ, ਹੁਣ ਤੁਹਾਡੇ ਵੱਲੋਂ ਮੇਰੀ ਤਾਂ ਇਕੱਲੀ ਇਕੱਲੀ ਭੈਣ ਆ। ਸੋਰੀ, ਆਪਾਂ ਨੂੰ ਕੈਂਸਲ ਹੀ ਕਰਨਾ ਪੈਣਾ। ਚਲੋ ਕੋਈ ਗੱਲ ਨਹੀਂ ਜੀ, ਆਪਣਿਆਂ ਦੀ ਖੁਸ਼ੀ ਆਪਣੀ ਖੁਸ਼ੀ ਤੋਂ ਪਹਿਲਾਂ ਰੱਖਣੀ ਚਾਹੀਦੀ ਆ, ਨਾਲੇ ਮਾਸੀ ਜੀ ਵੱਲ ਰੋਟੀ 'ਤੇ ਜਾ ਆਵਾਂਗੇ, ਨਾਲੇ ਤੁਹਾਡੇ ਕੰਮ ਦਾ ਨੁਕਸਾਨ ਵੀ ਨਹੀਂ ਹੋਊਗਾ। ਠੀਕ ਹੈ, ਪਰ ਅਗਲੇ ਹਫ਼ਤੇ ਅਸੀਂ ਪੱਕਾ ਜਾਵਾਂਗੇ, ਕੋਈ ਮਾਸੀ ਫੁੱਫੜ ਭੂਆ ਕਿਸੇ ਦੀ ਰੋਟੀ ਨਾ ਰੱਖਿਓ। ਮੈਂ ਬੁਕਿੰਗ ਵਾਲੇ ਨੂੰ ਕਹਿ ਦਿੰਦਾ ਫੋਨ ਕਰਕੇ, ਕੈਂਸਲ ਕਰਵਾ ਦਿੰਦਾ ਸਾਰਾ ਪ੍ਰੋਗਰਾਮ, ਉਹਨੂੰ ਅਗਲੇ ਹਫ਼ਤੇ 'ਤੇ ਪੋਸਟਪੋਨ ਕਰਾਉਣਾ। ਠੀਕ ਹੈ ਜੀ, ਚੰਗਾ। ਕੀ ਕੈਂਸਲ ਕਰਤਾ ਮਿੰਦੋ? ਉਹ ਘੁੰਮਣ ਜਾਣ ਦਾ ਪ੍ਰੋਗਰਾਮ ਕੈਂਸਲ ਕਰਤਾ। ਹਾਂ ਕਾ ਤੋਂ, ਮਸਾਂ ਮਸਾਂ ਤੇਰਾ ਪ੍ਰੋਗਰਾਮ ਬਣਿਆ ਸੀ ਘੁੰਮਣ ਦਾ, ਫਿਰ ਕਿਉਂ ਕੈਂਸਲ ਕਰਤਾ? ਭਾਬੀ ਜੀ, ਅਸਲ 'ਚ ਨਾ ਮਾਸੀ ਜੀ ਨੇ ਕੱਲ੍ਹ ਰੋਟੀ ਕੀਤੀ ਆ, ਘੁੰਮਣ ਜਾਣ ਨਾਲੋਂ ਰੋਟੀ 'ਤੇ ਜਾਣਾ ਜ਼ਿਆਦਾ ਜ਼ਰੂਰੀ ਆ। ਹਾਂ ਮਨਪ੍ਰੀਤ, ਇਹ ਵੀ ਗੱਲ ਤੇਰੀ ਸਹੀ ਆ, ਮਾਸੀ ਜੀ ਕੇ ਰੋਟੀ 'ਤੇ ਜਾਣਾ ਘੁੰਮਣ ਜਾਣ ਨਾਲੋਂ ਜ਼ਿਆਦਾ ਜ਼ਰੂਰੀ ਆ। ਚੱਲ ਕੋਈ ਨਾ, ਘੁੰਮਣ ਜਾਣ ਦਾ ਪ੍ਰੋਗਰਾਮ ਫਿਰ ਕਦੇ ਬਣਾ ਲਾਂਗੇ। ਹਾਂ ਠੀਕ ਆ, ਨਾਲੇ ਐਤਕੀ ਨਾ ਪਹਿਲਾਂ ਤੁਸੀਂ ਜਾ ਆਇਓ, ਅਸੀਂ ਫਿਰ ਜਾ ਆਵਾਂਗੇ। ਚੱਲ ਠੀਕ ਆ ਭੈਣੇ, ਉਹ ਮੇਰੇ ਕੱਪੜੇ ਤੈਅ ਆਉਣ ਵਾਲੇ ਆ, ਮੈਂ ਉਹ ਕਰ ਲਾਂ।
ਹੈਲੋ ਹਾਂਜੀ ਪੈਰੀ ਪੈਨੀ ਆ ਜੀ ਕਿਉਂ ਕਿਰਨ ਪੁੱਤ ਹੋ ਗਿਆ ਨਾ ਜਾਣਾ ਕੈਂਸਲ ਮੰਨਦੀ ਆ ਫਿਰ ਮਾਸੀ ਨੂੰ ਹਾਂਜੀ ਹਾਂਜੀ ਮਾਸੀ ਜੀ ਹੋ ਗਿਆ ਕੈਂਸਲ